ਇਹ ਬਹੁਤ ਹੀ ਵਧੀਆ ਦਬਾਉਣ ਵਾਲਾ ਪੰਪ ਹੈ। ਇਸ ਲਈ ਤੁਹਾਨੂੰ 200 ਮਿਲੀਲੀਟਰ ਦੀ ਪਲਾਸਟਿਕ ਦੀ ਬੋਤਲ, ਇੱਕ ਸਿੱਕਾ, ਟੇਪ ਅਤੇ ਕੈਂਚੀ ਚਾਹੀਦੀ ਹੈ। ਕੈਂਚੀ ਨਾਲ ਬੋਤਲ ਦੇ ਢੱਕਣ ਵਿੱਚ ਗਲੀ ਕਰ ਲਓ। ਗਲੀ ਨੂੰ ਢੱਕਣ ਲਈ ਢੱਕਣ ਦੇ ਅੰਦਰ ਇੱਕ ਸਿੱਕਾ ਰੱਖ ਲਓ। ਬੋਤਲ ਦੇ ਥੱਲੇ ਵਿੱਚ ਇੱਕ ਗਲੀ ਕਰ ਲਓ। ਚਿਪਕਣ ਵਾਲੀ ਟੇਪ ਲਓ। ਟੇਪ ਦਾ ਚਮਕੀਲਾ ਪਾਸਾ ਚਿਪਕਣ ਵਾਲਾ ਹੈ ਅਤੇ ਨੀਲਾ ਪਾਸਾ ਨਾ ਚਿਪਕਣ ਵਾਲਾ। ਟੇਪ ਦਾ ਥੋੜ੍ਹਾ ਜਿਹਾ ਹਿੱਸਾ ਟੇਪ ਉੱਪਰ ਹੀ ਚਿਪਕਾ ਦਿਓ। ਫਿਰ ਟੇਪ ਨੂੰ ਬੋਤਲ ਨਾਲ ਇਸ ਤਰ੍ਹਾਂ ਚਿਪਕਾ ਦਿਓ ਕਿ ਟੇਪ ਦਾ ਨਾ ਚਿਪਕਣ ਵਾਲਾ ਹਿੱਸਾ ਗਲੀ ਨੂੰ ਢੱਕ ਲਵੇ। ਟੇਪ ਹੁਣ ਵਾਲ ਦੀ ਤਰ੍ਹਾਂ ਖੁੱਲ੍ਹਣ ਅਤੇ ਬੰਦ ਹੋਣ ਦਾ ਕੰਮ ਕਰੇਗੀ। ਜੇ ਤੁਸੀਂ ਫੂਕ ਮਾਰੋਗੇ ਤਾਂ ਟੇਪ ਉੱਪਰ ਉੱਠ ਜਾਵੇਗੀ। ਹਵਾ ਅੰਦਰ ਖਿੱਚਣ ਨਾਲ ਟੇਪ ਵਾਲਾ ਢੱਕਣ ਬੰਦ ਹੋ ਜਾਵੇਗਾ। ਫਿਰ ਅਖੀਰ ਵਿੱਚ ਸਿੱਕੇ ਵਾਲੇ ਢੱਕਣ ਨੂੰ ਬੋਤਲ ਉੱਪਰ ਲਗਾ ਦਿਓ। ਹੁਣ ਪੰਪ ਕੰਮ ਕਰਨ ਲਈ ਤਿਆਰ ਹੈ। ਬੋਤਲ ਨੂੰ ਰੰਗਦਾਰ ਪਾਣੀ ਦੇ ਮੱਗ ਵਿੱਚ ਰੱਖ ਦਿਓ ਅਤੇ ਫਿਰ ਬੋਤਲ ਨੂੰ ਦੋ ਵਾਰ ਦਬਾਓ। ਹੁਣ ਪੰਪ ਕੰਮ ਕਰਨ ਲਈ ਤਿਆਰ ਹੈ। ਜਦੋਂ ਬੋਤਲ ਪਾਣੀ ਨਾਲ ਪੂਰੀ ਭਰ ਜਾਵੇਗੀ ਤਾਂ ਦੁਬਾਰਾ ਬੋਤਲ ਨੂੰ ਦਬਾਉਣ ਨਾਲ ਪਾਣੀ ਬਹੁਤ ਤੇਜ਼ੀ ਨਾਲ ਬਾਹਰ ਨਿਕਲੇਗਾ। ਇਸ ਸਾਧਾਰਨ ਜਿਹੇ ਦਬਾਉਣ ਵਾਲੇ ਪੰਪ ਵਿੱਚੋਂ ਬਹੁਤ ਸਾਰਾ ਪਾਣੀ ਬਾਹਰ ਨਿਕਲੇਗਾ।